ਡੋਮੀਨੇਟ ਹੋ ਜਾਣ ਔਰ ਆਦਮੀ ਆਦਮੀ ਨੂੰ ਮਾਰ ਕੇ ਖਾਣ ਲੱਗ ਪਏ, ਕੀ ਕਰੋਗੇ ਤੁਸੀਂ? ਕੱਲ੍ਹ ਨੂੰ ਸਾਡਾ DNA ਬਦਲੇਗਾ, ਅਸੀਂ ਕਿਸੇ ਰਾਕਸ਼ਸ 'ਚ ਬਦਲ ਗਏ, ਗਾਂ ਕਿਸੇ ਭੇੜੀਏ 'ਚ ਬਦਲ ਗਏ, ਹੁਣੇ ਮੈਂ ਐਗਜ਼ਾਮਪਲ ਦਿੱਤੀ ਹੈ, ਕਿਸੇ ਗੱਦੀ 'ਚ ਬਦਲ ਗਈ ਗਾਂ, ਮੰਨ ਲਓ ਗਾਂ ਕਿਸੇ ਗੱਦੀ 'ਚ ਬਦਲ ਗਈ, ਕੁੱਤੀਆਂ 'ਚ ਬਦਲ ਗਈ। ਕਿਤੇ ਨਾ ਕਿਤੇ ਜਿਵੇਂ ਮੂਵੀ 'ਚ ਦਿਖਾਇਆ ਜਾਂਦਾ ਕਿ ਇਨਸਾਨ ਜਿਹੜੇ ਨੇ ਉਹ ਜ਼ੋਂਬੀਜ਼ ਬਣ ਜਾਣਗੇ, ਅਤੇ ਮੈਂ ਕਹਿੰਦਾ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਇਹਦੇ ਹਿਸਾਬ ਨਾਲ ਫਿਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਚੀਜ਼ ਜਿਹੜੀ ਜ਼ਿਆਦਾ ਦੂਰ ਨਹੀਂ ਹੈ। ਗਊ ਨੂੰ ਮਾਤਾ ਕਹਿੰਦੇ ਹਾਂ ਅਸੀਂ, ਗਊ ਦੇ ਉੱਤੇ ਇੰਨਾ ਅੱਤਿਆਚਾਰ, ਗਊ ਦਾ ਤੁਸੀਂ ਆਉਣ ਵਾਲੀਆਂ ਨਸਲਾਂ ਤਬਾਹ ਕਰ ਰਹੇ ਹੋ। ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਐਲਨ ਮਸਕ ਦਾ ਬਿਆਨ ਆਇਆ, ਹੋਰ ਬੜੇ ਬੜਿਆਂ ਦੇ ਬਿਆਨ ਆਏ, ਜਿੰਨੇ ਵੀ ਵੱਡੇ ਵੱਡੇ ਲੋਕ ਨੇ ਸਾਰਿਆਂ ਦੇ ਬਿਆਨ ਆਏ ਕਿ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਪਾਬੰਦੀ ਲਾਓ, ਇਹ ਹੁਣ ਬਹੁਤ ਖਤਰਨਾਕ ਤਰੀਕੇ ਨਾਲ ਅੱਗੇ ਵੱਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਬੜਾ ਵੱਡਾ ਖਤਰਾ ਪੈਦਾ ਕਰੇਗੀ। ਵਾਹਿਗੁਰੂ ਦਾ ਨਿਯਮ ਹੈ ਜਿਹੜਾ ਉਹਨੇ ਇੱਕ ਸਾਨੂੰ ਕੋਡ ਦਿੱਤਾ, ਅਸੀਂ ਉਹਦੇ ਨਿਯਮ ਦੇ ਨਾਲ ਛੇੜਖਾਨੀ ਕਰ ਰਹੇ ਹਾਂ, ਅਸੀਂ ਵਾਹਿਗੁਰੂ ਦੇ ਹੁਕਮ ਦੇ ਖਿਲਾਫ ਚੱਲੇ, ਅਸੀਂ ਸ਼ੈਤਾਨ ਦੇ ਰਸਤੇ 'ਤੇ ਚੱਲੇ। ਹੁਣ ਮੰਨ ਲਓ ਗਾਂ ਦਾ ਅਸੀਂ DNA ਬਦਲ ਦਿੱਤਾ, ਗਾਂ ਦਾ DNA ਬਦਲ ਦਿੱਤਾ, ਗਾਂ ਨੂੰ ਕੈਂਸਰ ਹੋ ਗਈ, ਗਾਂ ਨੇ ਤਾਂ ਸਾਨੂੰ ਦੱਸਣਾ ਵੀ ਨਹੀਂ ਮੈਨੂੰ ਕੈਂਸਰ ਆ। ਕਿਸਾਨੀ ਦਾ ਨੁਕਸਾਨ ਇੱਕ ਪਾਸੇ, ਗਊ ਦੇ ਪੇਟ ਵਿੱਚ ਪਲਦੇ ਹੋਏ ਬੱਚੇ ਦੀ ਹੱਤਿਆ ਦੂਜੇ ਪਾਸੇ। ਜਲਦੀ ਤੋਂ ਜਲਦੀ ਇਸ ਟੈਕਨੋਲੋਜੀ 'ਤੇ ਪਾਬੰਦੀ ਲੱਗੇ, ਬਹੁਤ ਬੜਾ ਖਿਲਵਾੜ ਹੋ ਰਿਹਾ, ਲੋਕ ਕੈਂਸਰ ਨਾਲ ਮਰਨਗੇ, ਲੋਕਾਂ ਦੇ ਲਿਵਰ ਡੈਮੇਜ ਹੋਣਗੇ। ਜਦੋਂ ਪਤਾ ਚੱਲਣਗੀਆਂ ਨਾ ਉੱਥੋਂ ਦੀ ਸਰਕਾਰ ਨੂੰ ਕਿ DNA ਡੈਮੇਜ ਹੋ ਰਿਹਾ, ਅਮੈਰੀਕਾ ਦੀ ਸਰਕਾਰ ਮੈਂ ਲਿਖ ਕੇ ਦੇਣਾ ਪਾਬੰਦੀ ਲਾਏ। ਉਹ ਕਾਰਪੋਰੇਟ ਮਾਡਲ ਨੇ ਸਾਡੀਆਂ ਜ਼ਮੀਨਾਂ ਹੀ ਤਬਾਹ ਕਰ ਦਿੱਤੀਆਂ, ਜ਼ਹਿਰਾਂ ਨਾਲ ਭਰ ਦਿੱਤੀਆਂ, ਹੁਣ ਅਨਾਜ ਸਾਡੇ ਖਾਣ ਦੇ ਲਾਇਕ ਨਹੀਂ ਰਹਿ ਗਏ। ਜਿਹੜੀ ਨੇਚਰਲ ਖੁਰਾਕ ਸੀ ਜੋ ਸਾਡੇ ਪੁਰਖੇ ਖਾਂਦੇ ਸੀ, ਸਾਡੇ ਵਾਸਤੇ ਉਹੀ ਠੀਕ ਆ। ਨਵੀਆਂ ਨਵੀਆਂ ਬਿਮਾਰੀਆਂ ਆ ਰਹੀਆਂ, ਕਰੋਨਾ ਦਾ ਐਕਸਪੈਰੀਮੈਂਟ ਸਾਡੇ ਸਾਹਮਣੇ ਹੀ, ਆਉਣ ਵਾਲੇ ਟਾਈਮ 'ਚ ਹੋਰ ਵੀ ਨੁਕਸਾਨ ਹੋ। ਕੰਪਿਊਟਰ ਜਿਹੜਾ ਹੈ ਉਹ ਬੰਦਿਆਂ ਨੂੰ ਕੰਟਰੋਲ ਕਰਕੇ ਬੈਠਾ ਅੱਜ ਦੇ ਟਾਈਮ ਦੇ ਵਿੱਚ, ਇਹ ਮੂਵੀ 'ਚ ਦਿਖਾਇਆ ਜਾਂਦਾ ਸੀ। ਜੇ ਉਦੋਂ ਹੀ ਪਤਾ ਸੀ ਕਿ ਇੱਦਾਂ ਦਾ ਕੁਛ ਹੋ ਸਕਦਾ, ਕਿਉਂਕਿ ਥਿਊਰੀ ਤਾਂ ਕਿਸੇ ਵੱਲੋਂ ਲਿਆਂਦੀ ਗਈ ਸੀ ਨਾ, ਤਾਂ ਫਿਰ ਰੋਕ ਉਦੋਂ ਹੀ ਕਿਉਂ ਨਹੀਂ ਲਗਾ ਦਿੱਤੀ ਗਈ? ਇੱਕ ਨਵੀਂ ਟੈਕਨੋਲੋਜੀ ਆਈ ਹੈ, ਗਾਂ ਦੇ ਵਿੱਚ ਇੱਕ ਸੈਕਸ ਸਿਮਨ ਨਾਂ ਦੀ ਟੈਕਨੀਕ ਆਈ ਹੈ, ਉਹਦੇ ਨਾਲ ਗਾਂ ਦਾ DNA ਬਦਲਿਆ ਜਾ ਰਿਹਾ। ਜਿਹੜੇ ਹਾਈਬ੍ਰਿਡ ਫਸਲਾਂ ਆਈਆਂ ਉਹਦੇ ਵੀ ਨੁਕਸਾਨ ਅਸੀਂ ਭੁਗਤ ਚੁੱਕੇ ਹਾਂ, GM ਫਸਲਾਂ ਦੇ ਵੀ ਭੁਗਤ ਚੁੱਕੇ ਹਾਂ। ਆਹ ਜਿਹੜੀ ਟੈਕਨੋਲੋਜੀ ਹੈ ਇਹ GM ਤੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਆ। ਸਾਇੰਸ ਦੀ ਜਦੋਂ ਖੋਜ ਹੁੰਦੀ ਹੈ ਤਾਂ ਸਾਨੂੰ ਬੜਾ ਚੰਗਾ ਲੱਗਦਾ, ਹੱਥ ਦੇ ਵਿੱਚ ਫੋਨ ਆਇਆ। ਸਾਡੇ ਬਜ਼ੁਰਗ ਜਿਹੜਾ ਉਹ ਫੋਨ ਕਰਨ ਵਾਸਤੇ ਕਿੰਨੇ ਕਿੰਨੇ ਕਿਲੋਮੀਟਰ ਦੂਰ ਜਾਂਦੇ ਸੀ ਕਿ ਸਾਨੂੰ ਫੋਨ ਕਰਨਾ ਪੈਂਦਾ, ਪਰ ਅੱਜ ਹਰ ਇੱਕ ਦੀ ਜੇਬ 'ਚ ਫੋਨ ਹੈ। ਸਾਨੂੰ ਫਾਇਦਾ ਤਾਂ ਬਹੁਤ ਹੋਇਆ ਇਹਦਾ, ਪਰ ਨੁਕਸਾਨ ਕਿੰਨਾ ਵੱਡਾ ਹੋਇਆ ਕਿ ਇਹਦੀਆਂ ਜਿਹੜੀਆਂ ਵੇਵਸ ਨੇ, ਜਿਹੜੀਆਂ ਰੇਜ਼ ਨੇ, ਉਹਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਬਿਮਾਰੀਆਂ ਕਿੰਨੀਆਂ ਫੈਲ ਰਹੀਆਂ ਨੇ ਬਹੁਤ ਲੋਕ ਜਾਣਦੇ ਹੋਣਗੇ, ਅਤੇ ਤੁਸੀਂ ਵੀ ਜ਼ਰੂਰ ਦੇਖਿਆ ਹੋਏਗਾ ਕਿ ਅਸਮਾਨ ਦੇ ਵਿੱਚ ਚਿੜੀਆਂ ਪੰਛੀ ਕਿੰਨੇ ਘੱਟ ਗਏ, ਉਹਦੇ ਪਿੱਛੇ ਰੀਜ਼ਨ ਕੀ ਹੈ? ਇਹ ਵੇਵਸ। ਉੱਦਾਂ ਹੀ ਗੱਲ ਕਰੀਏ ਤਾਂ ਹੋਰ ਬੜੀਆਂ ਚੀਜ਼ਾਂ ਦੀ ਖੋਜ ਹੋਈ, ਰੇਡੀਅਮ ਦੀ ਖੋਜ ਹੋਈ। ਜਿਸ ਟਾਈਮ ਖੋਜ ਹੋਈ ਸੀ ਉਸ ਟਾਈਮ ਬੜਾ ਫਾਇਦਾ ਲੱਗਿਆ ਲੋਕਾਂ ਨੂੰ, ਪਰ ਹੌਲੀ ਹੌਲੀ ਇੰਪੈਕਟ ਪਤਾ ਲੱਗਿਆ ਕਿ ਉਹਦੇ ਨਾਲ ਕੈਂਸਰ ਵੀ ਹੁੰਦਾ, ਉਹਦੇ ਨਾਲ ਕਿੰਨੇ ਲੋਕ ਮਰਦੇ ਨੇ। ਅਤੇ ਜੇ ਅੱਜ ਦੀ ਗੱਲ ਕਰਾਂ ਮੈਂ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਉਹ ਸਾਡੇ ਫਾਇਦੇ ਨੂੰ ਦੇਖ ਕੇ ਹੋ ਰਹੀਆਂ ਨੇ, ਪਰ ਉਹਦੇ ਪਿੱਛੇ ਜਿਹੜਾ ਨੈਗੇਟਿਵ ਇੰਪੈਕਟ ਆ ਉਹ ਕੋਈ ਨਹੀਂ ਦੱਸਦਾ। ਬੜੀਆਂ ਵੱਡੀਆਂ ਵੱਡੀਆਂ ਕੰਪਨੀਜ਼, ਬਹੁਤ ਲੋਕਾਂ ਦੇ ਪੈਸੇ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਦੇ ਪੈਸੇ ਲੱਗ ਰਹੇ ਨੇ ਖੋਜਾਂ ਕਰਨ ਦੇ ਵਿੱਚ, ਨਵੀਂ ਰਿਸਰਚ ਹੋਵੇ, ਸਾਡਾ ਨਾਮ ਹੋਵੇ ਕਿ ਅਸੀਂ ਖੋਜ ਕੀਤੀ ਹੈ, ਪਰ ਉਹਦੇ ਪਿੱਛੇ ਕਿੰਨੇ ਲੋਕ ਮਰਦੇ ਨੇ, ਉਹ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਲੋਕ ਮਰਨਗੇ। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ BS ਔਲਖ ਜੀ, ਇਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਨਵੀਆਂ ਖੋਜਾਂ ਕਰਨ ਦੇ ਫਾਇਦੇ ਬਹੁਤ ਹੁੰਦੇ ਨੇ ਪਰ ਨੁਕਸਾਨ ਕੀ ਨੇ ਸਾਨੂੰ ਪਤਾ ਹੋਣਾ ਚਾਹੀਦਾ। ਸਵਾਗਤ ਹੈ ਸਰ। ਧੰਨਵਾਦ ਸਰ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਰਾਂਗਾ ਕਿ ਜਿਵੇਂ ਹੁਣੇ ਦੱਸਿਆ ਬਹੁਤ ਸਾਰੀਆਂ ਖੋਜਾਂ ਇਹੋ ਜਿਹੀਆਂ ਜਿਹੜੀਆਂ ਹੋਈਆਂ ਨੇ ਪਹਿਲਾਂ ਪਾਸਟ ਦੇ ਵਿੱਚ, ਅਤੇ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਉਹਦਾ ਕਿੰਨਾ ਨੁਕਸਾਨ ਹੋ ਰਿਹਾ, ਲੋਕ ਇੰਨੇ ਮਰ ਰਹੇ ਨੇ। ਮੈਂ ਕਹਿੰਦਾ ਪੁਰਾਣੇ ਟਾਈਮ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਦੇ ਨਾਮ ਵੀ ਨਹੀਂ ਸੁਣੇ ਹੋਏ ਲੋਕਾਂ ਨੇ, ਅੱਜ ਜਿਹੜੀਆਂ ਬਿਮਾਰੀਆਂ ਨਾਲ ਸਾਡੇ ਬੱਚੇ ਯੰਗਸਟਰਸ ਵੀ ਪੀੜਿਤ ਨੇ, ਅਤੇ ਇਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਕੀ ਮੰਨਦੇ ਹੋ? ਦੇਖੋ ਜੀ, ਜਦੋਂ ਕੋਈ ਖੋਜ ਹੁੰਦੀ ਹੈ ਨਾ
ਉਦੋਂ ਤਾਂ ਸਾਨੂੰ ਫਾਇਦੇ ਹੀ ਫਾਇਦੇ ਨਜ਼ਰ ਆਉਂਦੇ ਆ। ਜਦੋਂ ਐਟਮਿਕ ਐਨਰਜੀ ਦੀ ਖੋਜ ਹੋਈ ਤਾਂ ਸਾਨੂੰ ਲੱਗਿਆ ਕਿ ਇਹਦੇ ਤਾਂ ਬਹੁਤ ਫਾਇਦੇ ਨੇ। ਫਿਰ ਮੁੜ ਕੇ ਤੁਸੀਂ ਦੇਖਿਆ ਕਿ ਜਦੋਂ ਐਟਮ ਬੰਬ ਬਣੇ, ਹੀਰੋਸ਼ੀਮਾ ਨਾਗਾਸਾਕੀ ਉੱਤੇ ਸੁੱਟੇ ਗਏ, ਔਰ ਉਦੋਂ ਲੋਕਾਂ ਨੂੰ ਕੈਂਸਰ ਹੋਈ, ਈਵਨ ਸਾਡੇ ਵੱਡੇ ਵੱਡੇ ਸਾਇੰਟਿਸਟ ਕੈਂਸਰ ਨਾ ਮਰੇ, ਮੈਡਮ ਕਿਊਰੀ ਮਰੀ, ਫਰਮੀ ਮਰਿਆ, ਤਾਂ ਜਾ ਕੇ ਸਾਨੂੰ ਪਤਾ ਚੱਲਿਆ ਕਿ ਇਸ ਦੇ ਨਾਲ ਇਹਦੇ ਕੈਂਸਰ ਵੀ ਹੁੰਦੀ ਹੈ ਅਤੇ ਆਦਮੀ ਦੇ ਸਰੀਰ ਨੂੰ ਨੁਕਸਾਨ ਵੀ ਹੁੰਦੇ। ਦੂਜਾ ਤੁਸੀਂ ਦੇਖਿਆ ਹੋਣਾ ਐਂਟੀਬਾਇਓਟਿਕ ਦਵਾਈਆਂ ਦੀ ਖੋਜ ਹੁੰਦੀ ਹੈ। ਐਂਟੀਬਾਇਓਟਿਕ ਦਵਾਈਆਂ ਦੀ ਖੋਜ ਹੁੰਦੀ ਹੈ ਬਿਮਾਰੀਆਂ ਨਾਲ ਲੜਨ ਵਾਸਤੇ, ਸਾਨੂੰ ਇੱਕ ਤਾਕਤ ਦਿੰਦੀਆਂ ਨੇ, ਪਰ ਥੋੜ੍ਹੇ ਹੀ ਸਾਲਾਂ ਬਾਅਦ ਜਿਹੜੇ ਨੇ ਉਹਨਾਂ ਦੀ ਉਹ ਤਾਕਤ ਖਤਮ ਹੋ ਜਾਂਦੀ ਹੈ, ਬੈਕਟੀਰੀਆ ਰਜਿਸਟੈਂਸ ਡਿਵੈਲਪ ਕਰ ਲੈਂਦੇ ਨੇ। ਇੱਕ ਤੁਸੀਂ ਹੋਰ ਖੋਜ ਕੀਤੀ ਹੋਏਗੀ ਕਪਾਹ, ਕਪਾਹ ਦੀ ਇੱਕ ਕਿਸਮ ਆਉਂਦੀ ਹੈ ਬੀਟੀ ਕਾਟਨ, ਕਹਿੰਦੇ ਜੀ ਬੀਟੀ ਕਾਟਨ ਨੂੰ ਅਮੈਰੀਕਨ ਸੁੰਡੀ ਨਹੀਂ ਪੈਂਦੀ, ਅੱਜ ਅਮੈਰੀਕਨ ਸੁੰਡੀ ਸਭ ਤੋਂ ਵੱਧ ਬੀਟੀ ਕਾਟਨ ਨੂੰ ਪੈਂਦੀ ਹੈ। ਹੌਲੀ ਹੌਲੀ ਜਿਹੜੀਆਂ ਚੀਜ਼ਾਂ ਦੇ ਪਹਿਲਾਂ ਫਾਇਦੇ ਹੁੰਦੇ ਨੇ ਸਾਨੂੰ, ਹੌਲੀ ਹੌਲੀ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ। ਇਵੇਂ ਆਰਟੀਫਿਸ਼ਲ ਇੰਟੈਲੀਜੈਂਸ ਹੈ, ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਐਲਨ ਮਸਕ ਦਾ ਬਿਆਨ ਆਇਆ, ਹੋਰ ਬੜੇ ਬੜਿਆਂ ਦੇ ਬਿਆਨ ਆਏ, ਜਿੰਨੇ ਵੀ ਵੱਡੇ ਵੱਡੇ ਲੋਕ ਨੇ ਸਾਰਿਆਂ ਦੇ ਬਿਆਨ ਆਏ ਕਿ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਪਾਬੰਦੀ ਲਾਓ, ਇਹ ਹੁਣ ਬਹੁਤ ਖਤਰਨਾਕ ਤਰੀਕੇ ਨਾਲ ਅੱਗੇ ਵੱਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਬੜਾ ਵੱਡਾ ਖਤਰਾ ਪੈਦਾ ਕਰੇਗੀ। ਇਵੇਂ ਹੀ ਮੈਡੀਕਲ ਸਾਇੰਸ ਦੇ ਵਿੱਚ ਕੁਝ ਖੋਜਾਂ ਹੋਈਆਂ ਨੇ, ਜਿਵੇਂ ਜਿਨ੍ਹਾਂ ਨਾਲ ਡੀ ਐੱਨ ਏ ਬਦਲਿਆ। ਤੁਸੀਂ ਦੇਖਿਆ ਕਿ ਹਰੀ ਕ੍ਰਾਂਤੀ ਆਈ, ਹਰੀ ਕ੍ਰਾਂਤੀ ਦੇ ਨਾਲ ਅਸੀਂ ਫਸਲਾਂ ਦੇ ਡੀ ਐੱਨ ਏ ਬਦਲੇ, ਉਹ ਫਸਲਾਂ ਦੇ ਰੂਪ ਅਸੀਂ ਪੈਦਾ ਕੀਤੇ ਵੱਧ ਝਾੜ ਲੈਣ ਵਾਸਤੇ, ਔਰ ਉਹਨਾਂ ਦੇ ਵਿੱਚ ਅਸੀਂ ਉਹ ਕੈਮੀਕਲ ਯੂਜ਼ ਕਰਨੇ ਪਏ ਸਨ, ਉਹ ਖਾਦਾਂ ਯੂਜ਼ ਕਰਨੀਆਂ ਪਈਆਂ, ਪੂਰੀ ਤਰ੍ਹਾਂ ਕੀਟਨਾਸ਼ਕ ਵੀ ਉਹ ਕਹਿੰਦੇ ਨਦੀਨ ਨਾਸ਼ਕ ਵਗੈਰਾ ਇਸਤੇਮਾਲ ਕੀਤੇ। ਅੱਜ ਕੀ ਹੋ ਗਿਆ ਵੀ ਸਾਡੀ ਜਿਹੜੀ ਖੇਤੀ ਹੈ ਉਹ ਜ਼ਹਿਰਾਂ ਦੀ ਖੇਤੀ ਹੋ ਗਈ, ਸਾਡੀਆਂ ਜ਼ਮੀਨਾਂ ਬੰਜਰ ਹੋ ਗਈਆਂ। ਤੁਸੀਂ ਜਾਣਦੇ ਹੋਵੋਗੇ ਕਿ ਬਾਬੇ ਨਾਨਕ ਦੇ ਟਾਈਮ 'ਤੇ ਵੀ ਖੇਤੀ ਹੁੰਦੀ ਸੀ, ਹਜ਼ਾਰਾਂ ਸਾਲ ਪਹਿਲੇ ਵੀ ਖੇਤੀ ਹੁੰਦੀ ਸੀ, ਜ਼ਮੀਨਾਂ ਦਾ ਕਦੇ ਨੁਕਸਾਨ ਨਹੀਂ ਸੀ ਹੋਇਆ। ਜਦੋਂ ਦੀ ਇਹ 50-60 ਸਾਲ ਹੋਏ, 55 ਸਾਲ ਹੋਏ ਜਦੋਂ ਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਬਣੀਆਂ, ਉਦੋਂ ਦੀਆਂ ਖੇਤੀ ਦਾ ਉਹ ਮਾਡਲ, ਕਾਰਪੋਰੇਟ ਮਾਡਲ ਲੈ ਕੇ ਆਈਆਂ, ਉਹ ਕਾਰਪੋਰੇਟ ਮਾਡਲ ਨੇ ਸਾਡੀਆਂ ਜ਼ਮੀਨਾਂ ਹੀ ਤਬਾਹ ਕਰ ਦਿੱਤੀਆਂ, ਜ਼ਹਿਰਾਂ ਨਾਲ ਭਰ ਦਿੱਤੀਆਂ, ਹੁਣ ਅਨਾਜ ਸਾਡੇ ਖਾਣ ਦੇ ਲਾਇਕ ਨਹੀਂ ਰਹਿ ਗਏ। ਉਹ ਜਿਹੜੇ ਨੇ ਫਲ ਨੇ ਬੜੇ ਇੰਟਰਸਟਿੰਗ ਹੋ ਗਏ ਨੇ, ਰੰਗ ਬਿਰੰਗੀਆਂ ਕਹਿੰਦੇ ਉਹ ਸ਼ਿਮਲਾ ਮਿਰਚਾਂ ਆ ਗਈਆਂ, ਹੈਂ ਦੂਜੀਆਂ ਮਿਰਚਾਂ ਆ ਗਈਆਂ, ਭਿੰਡੀਆਂ ਤੋਰੀਆਂ ਦੀਆਂ ਕਿੰਨੀਆਂ ਕਿਸਮਾਂ ਆ ਗਈਆਂ, ਬੈਂਗਣ ਕਿੰਨੀ ਤਰ੍ਹਾਂ ਦੇ ਆ ਗਏ, ਚਿੱਟੇ ਕਾਲੇ ਪੀਲੇ, ਗੋਭੀ ਪਤਾ ਨਹੀਂ ਕਿੰਨੀ ਆ ਗਈ ਹਰੀ ਪੀਲੀ। ਅਤੇ ਉਹ ਕਹਿਣ ਦਾ ਮਤਲਬ ਇਹ ਚੀਜ਼ਾਂ ਸਾਡੀ ਨੇਚੁਰਲ ਖੁਰਾਕ ਨਹੀਂ ਹੈਗੀਆਂ, ਜਿਹੜੀ ਨੇਚੁਰਲ ਖੁਰਾਕ ਸੀ ਜੋ ਸਾਡੇ ਪੁਰਖੇ ਖਾਂਦੇ ਸੀ ਸਾਡੇ ਵਾਸਤੇ ਉਹੀ ਠੀਕ ਆ, ਸਾਡਾ ਡੀ ਐੱਨ ਏ ਬਦਲਿਆ, ਇਹਦੇ ਨਾਲ ਕੀ ਹੋਇਆ ਕਿ ਨੁਕਸਾਨ ਜਿਹੜਾ ਹੁਣ ਤਾਂ ਹੋ ਰਿਹਾ, ਨਵੀਂ ਨਵੀਆਂ ਬਿਮਾਰੀਆਂ ਆ ਰਹੀਆਂ, ਕਰੋਨਾ ਦਾ ਐਕਸਪੈਰੀਮੈਂਟ ਸਾਡੇ ਸਾਹਮਣੇ ਹੀ ਆ, ਆਉਣ ਵਾਲੇ ਟਾਈਮ 'ਚ ਹੋਰ ਵੀ ਨੁਕਸਾਨ ਹੋਣਗੇ। ਸਰ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕੀਤੀ ਤੁਸੀਂ, ਮੈਂ ਕਹਿੰਦਾ ਜਦੋਂ ਇਸ ਚੀਜ਼ ਦੀ ਖੋਜ ਹੋਣੀ ਹਜੇ ਸ਼ੁਰੂ ਹੀ ਹੋਈ ਸੀ ਉਦੋਂ ਹੀ ਫਿਲਮਾਂ ਇੱਦਾਂ ਦੀਆਂ ਆਉਣ ਲੱਗ ਗਈਆਂ ਸੀ ਕਿ ਰੋਬੋਟਸ ਨੇ ਸਾਰੀ ਦੁਨੀਆ 'ਤੇ ਕਬਜ਼ਾ ਕਰ ਲਿਆ, ਕੰਪਿਊਟਰ ਜਿਹੜਾ ਹੈ ਉਹ ਬੰਦਿਆਂ ਨੂੰ ਕੰਟਰੋਲ ਕਰਕੇ ਬੈਠਾ ਅੱਜ ਦੇ ਟਾਈਮ ਦੇ ਵਿੱਚ, ਇਹ ਮੂਵੀ 'ਚ ਦਿਖਾਇਆ ਜਾਂਦਾ ਸੀ। ਜੇ ਉਦੋਂ ਹੀ ਪਤਾ ਸੀ ਕਿ ਇੱਦਾਂ ਦਾ ਕੁਝ ਹੋ ਸਕਦਾ, ਕਿਉਂਕਿ ਥਿਊਰੀ ਤਾਂ ਕਿਸੇ ਵੱਲੋਂ ਲਿਆਂਦੀ ਗਈ ਸੀ ਨਾ, ਤਾਂ ਫਿਰ ਰੋਕ ਉਦੋਂ ਹੀ ਕਿਉਂ ਨਹੀਂ ਲਗਾ ਦਿੱਤੀ ਗਈ? ਕਾਰਪੋਰੇਟ ਘਰਾਣਿਆਂ ਨੂੰ ਕੌਣ ਸਮਝਾਏ, ਉਹਨਾਂ ਨੂੰ ਸਿਰਫ ਆਪਣੇ ਪ੍ਰੋਫਿਟ ਦਿਖਦੇ ਨੇ। ਹੁਣ ਤੁਸੀਂ ਚੈਟ GPT ਦਾ ਨਾਂ ਸੁਣਿਆ ਹੋਣਾ, ਔਰ ਉਹ ਮਸ਼ੀਨ ਲਰਨਿੰਗ ਦਾ ਨਾਂ ਸੁਣਿਆ ਹੋਣਾ। ਹੁਣ ਤੁਸੀਂ ਕਾਰ 'ਚ ਆਉਂਦੇ ਹੋ, ਤੁਹਾਡੀ ਕਾਰ ਪੋਲਿਊਸ਼ਨ ਕਰਦੀ ਹੈ ਨਹੀਂ ਕਰਦੀ ਹੈ ਤੁਹਾਨੂੰ ਪਤਾ? ਇਹ ਕਿੱਡਾ ਵੱਡਾ ਸਕੈਂਡਲ ਅਮਰੀਕਾ ਵਿੱਚ ਸਾਹਮਣੇ ਆਇਆ। ਉਹ ਕਹਿਣ ਦਾ ਮਤਲਬ ਹੈ ਕਿ ਉਹ ਕਾਰਪੋਰੇਟ ਘਰਾਣਾ ਜਦੋਂ ਪ੍ਰਮੋਟ ਕਰਦੇ ਨੇ, ਜਿਹੜੀ ਟੈਕਨੋਲੋਜੀ ਦੀ ਅੱਜ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਉਹ ਟੈਕਨੋਲੋਜੀ ਇਹ ਹੈ ਕਿ ਇੱਕ ਨਵੀਂ ਟੈਕਨੋਲੋਜੀ ਆਈ ਹੈ, ਗਾਂ ਦੇ ਵਿੱਚ ਇੱਕ ਸੈਕਸ ਸੀਮਨ ਨਾਂ ਦੀ ਟੈਕਨੀਕ ਆਈ ਹੈ, ਉਹਦੇ ਨਾਲ ਗਾਂ ਦਾ DNA ਬਦਲਿਆ ਜਾ ਰਿਹਾ। ਮੈਂ ਕਿਉਂਕਿ ਮੇਰਾ ਇਹ ਫੀਲਡ ਹੈ, ਮੈਨੂੰ ਇਹਦੇ ਉੱਤੇ ਖੋਜ ਕਰਨੀ ਪੈਂਦੀ ਹੈ, ਮੈਨੂੰ ਵੀ ਪਤਾ ਨਹੀਂ ਸੀ। ਮੈਂ ਅਚਾਨਕ ਇੱਕ ਵਾਰੀ ਅਮਰੀਕਾ ਗਿਆ, ਅਮਰੀਕਾ ਦੇ ਮਿਨੇਸੋਟਾ ਸਟੇਟ, ਮਿਨੀਆਪੋਲਿਸ ਸ਼ਹਿਰ ਹੈ ਉਹਦੀ ਰਾਜਧਾਨੀ, ਉੱਥੋਂ 2-2.5 ਕਿਲੋਮੀਟਰ ਦੂਰ ਜਾ ਕੇ, ਦੋ ਢਾਈ ਘੰਟੇ ਦੀ ਡਰਾਈਵ 'ਤੇ ਜਾ ਕੇ, 500-700 ਕਿਲੋਮੀਟਰ 'ਤੇ ਜਾ ਕੇ ਅਸੀਂ ਕਿਸੇ ਪਿੰਡ 'ਚ ਜਾਂਦੇ ਹਾਂ।
ਪਿੰਡ 'ਚ ਜਿਹੜਾ ਪਹਿਲਾ ਡੇਅਰੀ ਫਾਰਮ ਮੈਂ ਵਿਜਿਟ ਕਰਦਾ ਅਮੈਰੀਕਾ ਦੇ ਵਿੱਚ, ਉਹ ਉੱਥੋਂ ਦੇ ਮਾਲਕ ਨੇ ਮੈਨੂੰ ਸਵਾਲ ਕੀਤਾ, ਕਹਿੰਦਾ ਜੀ ਉਹਨਾਂ ਵੱਛੀਆਂ ਦਾ ਕੀ ਕਰੋਗੇ ਜਿਹੜੇ ਇਹ ਟੈਕਨੋਲੋਜੀ ਨਾਲ ਮਰ ਰਹੇ ਨੇ? ਮੈਂ ਕਿਹਾ ਯਾਰ ਇਹ ਕਿਵੇਂ ਹੋ ਸਕਦਾ, ਮਰ ਕਿਵੇਂ ਰਹੇ ਨੇ? ਉਹਨਾਂ ਦਾ DNA ਡੈਮੇਜ ਹੋ ਰਿਹਾ ਸੀ, ਇੰਨਾ ਤਾਂ ਮੈਨੂੰ ਪਤਾ ਸੀ DNA ਡੈਮੇਜ ਹੋ ਰਿਹਾ, ਪਰ DNA ਡੈਮੇਜ ਇੰਨਾ ਜ਼ਿਆਦਾ ਹੋ ਰਿਹਾ ਕਿ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਮੈਨੂੰ ਪਤਾ ਹੀ ਨਹੀਂ ਸੀ। ਉਹ ਜਦੋਂ ਉਹ ਗੱਲ ਹੋਈ ਮੈਨੂੰ ਅੱਜ ਵੀ ਯਾਦ ਆ ਕਿ -7 degrees ਦਾ ਤਾਪਮਾਨ ਸੀ, ਮੈਂ 6-6 ਕੱਪੜੇ ਪਾਏ ਹੋਏ ਸੀ, ਮੈਨੂੰ ਠੰਡ ਲੱਗ ਰਹੀ ਸੀ। ਉਹਦੇ ਉਹ ਸਵਾਲ ਤੋਂ ਬਾਅਦ ਮੈਨੂੰ ਗਰਮੀ ਮਹਿਸੂਸ ਹੋਈ, ਮਤਲਬ ਮੇਰੇ ਵੀ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਔਰ ਜਦੋਂ ਬਾਅਦ ਮੈਂ ਸਟੱਡੀ ਕੀਤਾ, ਮੇਰੇ 3 ਪੇਪਰ ਛਪੇ, ਰਿਸਰਚ ਪੇਪਰ ਛਪੇ ਇਸ ਇਹਦੇ ਉੱਤੇ, ਇੰਟਰਨੈਸ਼ਨਲ ਜਰਨਲਸ ਦੇ ਵਿੱਚ ਛਪੇ। ਉਹ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਉਹ ਗੱਲ ਅਸੀਂ ਲੋਕਾਂ ਦੇ ਸਾਹਮਣੇ ਲਿਆਂਦੀ ਕਿ ਭਾਈ ਬਹੁਤ ਹੋ ਗਿਆ, DNA ਨਾਲ ਖਿਲਵਾੜ ਨਾ ਕਰੋ। DNA ਬੈਂਗਣ ਦੇ ਉੱਤੇ ਕਿੰਨਾ ਰੌਲਾ ਪਿਆ ਸੀ ਆਪਣੇ ਮੁਲਕ ਦੇ ਵਿੱਚ, ਹੁਣ ਪਤਾ ਨਹੀਂ ਸਰਕਾਰ ਨੂੰ, ਪਤਾ ਨਹੀਂ ਕਿਹੜੇ ਉੱਥੇ ਸਮਝਦਾਰ ਬੰਦੇ ਬੈਠੇ ਆ, DNA ਉਹ ਕਹਿੰਦੇ ਆ GM ਸਰਸੋਂ ਇਹਨਾਂ ਨੇ ਮਨਜ਼ੂਰ ਕਰ ਦਿੱਤੀ ਹੈ, ਅਤੇ GM ਫਸਲਾਂ ਦੇ ਬਾਰੇ ਸਾਰੀ ਦੁਨੀਆ ਦੇ ਵਿੱਚ ਰੌਲਾ ਪਿਆ ਹੋਇਆ। GM ਫਸਲਾਂ ਤੋਂ ਪਹਿਲਾਂ ਅਸੀਂ ਜਿਹੜੇ ਹਾਈਬ੍ਰਿਡ ਫਸਲਾਂ ਆਈਆਂ ਉਹਦੇ ਵੀ ਨੁਕਸਾਨ ਅਸੀਂ ਭੁਗਤ ਚੁੱਕੇ ਹਾਂ, GM ਫਸਲਾਂ ਦੇ ਵੀ ਭੁਗਤ ਚੁੱਕੇ ਹਾਂ। ਆਹ ਜਿਹੜੀ ਟੈਕਨੋਲੋਜੀ ਹੈ ਇਹ GM ਤੋਂ ਵੀ 100 times ਜ਼ਿਆਦਾ ਖਤਰਨਾਕ ਆ। ਇਹ GM ਨਹੀਂ GD ਹੈ, GD ਜਾਨੀ ਜੈਨੈਟਿਕਲੀ ਡੈਮੇਜਡ ਹੈ। GM ਤਾਂ ਜੈਨੈਟਿਕਲੀ ਮੋਡੀਫਾਈਡ ਹੁੰਦਾ, ਮੋਡੀਫਾਈਡ ਦਾ ਮਤਲਬ ਹੁੰਦਾ ਸੁਧਾਰਿਆ ਹੋਇਆ, ਸੁਧਰਿਆ ਹੋਇਆ। ਜਿਹੜਾ ਇਹ ਹੁੰਦਾ ਡੈਮੇਜਡ ਮੀਨਸ ਵਿਗੜਿਆ ਹੋਇਆ, ਇਹ DNA ਦਾ ਵਿਗੜਿਆ ਹੋਇਆ ਰੂਪ ਹੈ। ਗਾਂ ਦਾ DNA ਵਿਗਾੜਾਂਗੇ, ਗਾਂ ਦੇ ਸਾਡੇ ਨਾਲ ਬੜੇ ਸੰਬੰਧ ਨੇ, ਅਸੀਂ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਜੋ ਕੁਛ ਵੀ ਖਾਂਦੇ ਹਾਂ ਉਹਦੇ ਵਿੱਚ ਦੁੱਧ ਕਿਸੇ ਨਾ ਕਿਸੇ ਰੂਪ 'ਚ ਹੁੰਦਾ, ਔਰ ਅਸੀਂ ਇਹ ਸਾਡੀ ਖੁਰਾਕ ਦਾ ਹਿੱਸਾ ਹੈ। ਉਹਦੇ ਨਾਲ ਸਾਡਾ DNA ਬਦਲੇਗਾ, ਸਾਡੇ ਵਿੱਚ ਉਹ ਭੈੜ ਆਉਣਗੇ, ਸਾਡਿਆਂ ਵਿੱਚ ਬਿਮਾਰੀਆਂ ਆਉਣਗੀਆਂ, ਆਲਰੇਡੀ ਭੁਗਤ ਰਹੇ ਹਾਂ, ਹੋਰ ਭੁਗਤਾਂਗੇ। ਸਰ ਮੈਂ ਸਿੰਪਲ ਜੀ ਲੈਂਗੁਏਜ 'ਚ ਸਮਝਣਾ ਚਾਹਾਂਗਾ ਪਹਿਲਾਂ, ਜਿਹੜੇ ਸਾਡੇ ਵਿਊਅਰਸ ਨੂੰ ਹਜੇ ਨਹੀਂ ਪਤਾ, DNA ਕੀ ਹੁੰਦਾ? ਮਤਲਬ ਤੁਸੀਂ ਵੀ ਇੱਥੇ ਬੈਠੇ ਹੋ, ਮੈਂ ਵੀ ਇੱਥੇ ਬੈਠਾ ਵਾਂ, ਅਸੀਂ ਦੋਨੋਂ ਇਨਸਾਨ ਆ ਨੋਰਮਲੀ ਦੇਖਿਆ ਜਾਵੇ। ਆ ਪਿੱਛੇ ਇੱਕ ਪੌਦਾ ਲੱਗਿਆ ਹੋਇਆ ਸਾਡੇ, ਸਾਡੇ ਤਿੰਨਾਂ ਦਾ DNA ਅਲੱਗ ਹੋਏਗਾ ਕਿ ਸਾਡੇ ਦੋਨਾਂ ਦਾ ਸੇਮ ਹੋਏਗਾ, ਇਹਦਾ ਅਲੱਗ ਹੋਏਗਾ? ਇੱਕ ਐਗਜ਼ਾਮਪਲ ਦੇ ਨਾਲ ਥੋੜ੍ਹਾ ਜਿਹਾ ਸਮਝਾਓ। ਦੇਖੋ ਜੀ, DNA ਵਾਹਿਗੁਰੂ ਦਾ ਹੁਕਮ ਹੈ, DNA ਉਹ ਫਾਰਮੂਲਾ ਹੈ ਜਿਹਦੇ ਉੱਤੇ ਜ਼ਿੰਦਗੀ ਚੱਲਦੀ ਹੈ, DNA ਤੋਂ ਬਿਨਾਂ ਕੁਛ ਨਹੀਂ ਹੈ। ਕੁਦਰਤ ਨੇ ਸਭ ਤੋਂ ਸ਼ਾਨਦਾਰ ਚੀਜ਼ DNA ਹੀ ਤਿਆਰ ਕੀਤੀ ਹੈ। DNA ਦੇ ਵਿੱਚ ਸਾਡੇ ਸਰੀਰ ਦੇ, ਸਾਡੇ ਸਿਰ ਦੇ ਕਿੰਨੇ ਵਾਲ ਹੋਣਗੇ, ਸਾਡਾ ਨੱਕ ਕਿਹੋ ਜਿਹਾ ਹੋਏਗਾ, ਸਾਡੇ ਸਰੀਰ 'ਤੇ ਕਿਤੇ ਤਿਲ ਹੋਏਗਾ ਨਹੀਂ ਹੋਏਗਾ, ਸਾਡੇ ਅੰਗ ਕਿੰਨੇ ਹੋਣਗੇ, ਕਿਸੇ ਦੀਆਂ 6 ਉਂਗਲਾਂ ਹੋਣਗੀਆਂ, ਕਿਸੇ ਦੀਆਂ 5 ਹੋਣਗੀਆਂ, ਹਰ ਚੀਜ਼, ਅੱਖਾਂ ਦਾ ਰੰਗ ਕੀ ਹੋਏਗਾ, DNA ਹੀ ਤੈਅ ਕਰਦਾ। ਈਵਨ ਸਾਨੂੰ ਬਿਮਾਰੀਆਂ ਕਿਹੜੀਆਂ ਲੱਗਣਗੀਆਂ ਉਹ ਵੀ DNA ਹੀ ਤੈਅ ਕਰਦਾ। ਅਗਰ DNA, ਇਹਨੂੰ ਅਸੀਂ ਬੋਲਦੇ ਹਾਂ ਜੈਨਟਿਕ ਕੋਡ, ਵਾਟਸਨ ਐਂਡ ਕ੍ਰਿਕ ਸਾਇੰਸਦਾਨ ਹੋਇਆ ਬੜੇ ਵੱਡੇ, ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਇਸੇ ਕੰਮ ਉੱਤੇ, ਉਹਨਾਂ ਨੇ ਨਾਂ ਰੱਖਿਆ ਸੀ ਜੈਨਟਿਕ ਕੋਡ। ਇਹ ਜ਼ਿੰਦਗੀ ਦੀ ਕੋਡ ਹੈ, ਇਹਦੇ ਵਿੱਚ ਹੀ ਇਮਿਊਨਿਟੀ ਕੋਡ ਆ, ਸਾਨੂੰ ਕਿਹੜੀਆਂ ਬਿਮਾਰੀਆਂ ਨੇ ਹਮਲਾ ਕਰਨਾ ਸਾਡੇ ਸਰੀਰ ਦੇ ਉੱਤੇ, ਇਹ ਵੀ ਇਹਦੇ ਵਿੱਚ ਹੀ ਲਿਖਿਆ ਹੋਇਆ। ਜਦੋਂ ਜੈਨਟਿਕ ਕੋਡ ਬਦਲੇਗੀ ਤਾਂ ਇਮਿਊਨਿਟੀ ਕੋਡ ਵੀ ਬਦਲੇਗੀ। ਨਾਲੇ ਅਮੈਰੀਕਾ, ਆਸਟ੍ਰੇਲੀਆ ਦੇ ਸਾਇੰਟਿਸਟ ਤਲਸਤ ਪਾਮਰ ਨੇ ਖੋਜ ਕੀਤੀ ਕਿ DNA ਬਦਲਣ ਦੇ ਨਾਲ ਕੈਂਸਰ ਹੋਣ ਦੇ ਚਾਂਸਿਸ ਬੜੇ ਵੱਧ ਜਾਂਦੇ। ਇਹ ਖੋਜ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਫਾਗਨੀ ਨੇ ਕੀਤੀ 6 December 2019 ਬ੍ਰਿਟਿਸ਼ ਕੈਂਸਰ ਜਨਰਲ ਸ਼ਬਦੀ ਹੈ। ਦੇਖੋ ਹਾਰਵਰਡ ਯੂਨੀਵਰਸਿਟੀ ਕਿੱਥੇ, ਬ੍ਰਿਟਿਸ਼ ਕੈਂਸਰ ਜਨਰਲ ਟੌਪ 'ਤੇ, ਦੋਨੋਂ ਚੀਜ਼ਾਂ ਟੌਪ 'ਤੇ। ਔਰ ਉਹ ਖੋਜ ਦੇ ਵਿੱਚ ਇਹ ਦੱਸਿਆ ਗਿਆ ਕਿ DNA ਬਦਲਣ ਨਾਲ ਉਹਦੇ ਕੈਂਸਰ ਹੋਏਗੀ। ਹੁਣ ਮੰਨ ਲਓ ਗਾਂ ਦਾ ਅਸੀਂ DNA ਬਦਲ ਦਿੱਤਾ, ਗਾਂ ਦਾ DNA ਬਦਲ ਦਿੱਤਾ, ਗਾਂ ਨੂੰ ਕੈਂਸਰ ਹੋ ਗਈ, ਗਾਂ ਨੇ ਤਾਂ ਸਾਨੂੰ ਦੱਸਣਾ ਵੀ ਨਹੀਂ ਮੈਨੂੰ ਕੈਂਸਰ ਆ। ਉਸੇ ਕੈਂਸਰ ਵਾਲੀ ਗਾਂ ਦਾ ਦੁੱਧ ਪਿਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਪਿਲਾਵਾਂਗੇ, ਬਿਮਾਰਾਂ ਨੂੰ ਪਿਲਾਵਾਂਗੇ, ਪ੍ਰੈਗਨੈਂਟ ਔਰਤਾਂ ਨੂੰ ਪਿਲਾਵਾਂਗੇ, ਅੱਗੇ ਜਿਹੜੇ ਬੱਚੇ ਪੈਦਾ ਹੋਣੇ ਨੇ ਉਹਨਾਂ ਦਾ DNA ਬਦਲ ਜਾਏਗਾ। ਕਹਿਣ ਦਾ ਮਤਲਬ ਬਹੁਤ ਵੱਡੇ ਖਤਰੇ ਨੇ,
ਔਰ ਇਹ DNA ਬੜੇ ਤਰੀਕੇ ਨਾਲ ਬਦਲਦਾ। ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਨੀਤਾਂ ਨੇ, ਪਰ ਇਹ DNA ਬਦਲ ਲਿਆ, ਕਿਉਂਕਿ ਜਦੋਂ ਉਹ ਜਿਹੜੀ ਟੈਕਨੋਲੋਜੀ ਨੂੰ ਸੈਕਸ ਹਿਊਮਨ ਬੋਲਦੇ ਆ, ਸੈਕਸ ਹਿਊਮਨ ਦੇ ਨਾਲ ਕੀ ਹੁੰਦਾ, ਜਦੋਂ ਉਹਨੂੰ ਤਿਆਰ ਕਰਦੇ ਆ, ਤਿਆਰ ਕਰਨ ਵਾਸਤੇ ਉਹਦੇ ਉੱਤੇ 35 to 50 ਐਟਮੋਸਫੀਅਰ ਦਾ ਪ੍ਰੈਸ਼ਰ ਪਾਇਆ ਜਾਂਦਾ। ਅਸੀਂ 1 ਐਟਮੋਸਫੀਅਰ 'ਚ ਰਹਿੰਦੇ ਹਾਂ, ਜਦੋਂ 50 ਐਟਮੋਸਫੀਅਰ ਦਾ ਪ੍ਰੈਸ਼ਰ ਬਿਲਡਿੰਗ 'ਤੇ ਵੀ ਪਾਤਾ ਜਾਏ, ਬਿਲਡਿੰਗ ਕਲੈਪਸ ਹੋ ਜਾਏਗੀ। ਉਹ ਦੂਜੇ ਨੰਬਰ 'ਤੇ ਉੱਤੇ ਉਹਦੇ ਉੱਤੇ ਲੇਜ਼ਰ ਲਾਈਟਾਂ ਮਾਰੀਆਂ ਜਾਂਦੀਆਂ, ਫਿਰ ਉਹਨੂੰ ਕੈਮੀਕਲ ਟ੍ਰੀਟਮੈਂਟ ਦਿੱਤੀ ਜਾਂਦੀ ਹੈ, ਫਿਰ ਉਹਨੂੰ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਆ, ਫਿਰ ਉਹਨੂੰ 100 ਕਿਲੋਮੀਟਰ ਦੀ ਸਪੀਡ 'ਤੇ ਭਜਾਇਆ ਜਾਂਦਾ, ਫਿਰ ਉਹਦਾ ਕੁਸ਼ਨ ਫਾਲ ਕਰਾਇਆ ਜਾਂਦਾ। ਇਹ 6 ਘਟਨਾਵਾਂ ਜਿਹੜੀਆਂ ਹੁੰਦੀਆਂ ਨੇ, ਇਹਦੇ ਨਾਲ ਉਹ ਸਪਰਮ ਉਹ ਡੈਮੇਜ ਹੋ ਜਾਂਦਾ। ਸਪਰਮ ਬਹੁਤ ਡੈਲੀਕੇਟ ਹੁੰਦਾ, ਉਹਦੇ ਕੋਲ ਤਾਂ ਸੈੱਲ ਵਾਲ ਵੀ ਨਹੀਂ ਹੁੰਦੀ। ਉਹ ਜਦੋਂ ਉਹ ਡੈਮੇਜ ਹੋ ਜਾਂਦਾ, DNA ਉਹਦਾ ਡੈਮੇਜ ਹੋ ਜਾਂਦਾ, ਜਿਹੜਾ ਜਦੋਂ ਗਾਂ ਦੇ ਅੰਦਰ ਜਾਏਗਾ, ਉਹਦਾ ਜਿਹੜਾ ਜਾਈਗੋਟ ਬਣੇਗਾ, ਜਾਈਗੋਟ ਦਾ ਵੀ DNA ਡੈਮੇਜ, ਆਟੋਮੈਟਿਕਲੀ ਡੈਮੇਜ। ਜਿਹੜਾ ਉੱਥੋਂ ਭਰੂਣ ਬਣੇਗਾ, ਐਮਬਰੀਓ ਬਣੇਗਾ, ਉਹਦਾ ਵੀ DNA ਡੈਮੇਜ। ਐਮਬਰੀਓ ਤੋਂ ਬਾਅਦ ਜਿਹੜਾ ਬੱਚਾ ਬਣੇਗਾ ਪੇਟ 'ਚ, ਜਿਹਦੇ ਅੰਗ ਬਣ ਜਾਂਦੇ ਆ 4-5 ਮਹੀਨੇ ਦਾ, ਉਹ ਫੀਟਸ ਬੋਲਦੇ ਆ ਉਹਨੂੰ, ਅਸੀਂ ਉਹਦਾ ਵੀ DNA ਡੈਮੇਜ। ਜੇ ਉਹ ਬੱਚਾ ਡਿਲੀਵਰ ਹੋ ਗਿਆ, ਪੈਦਾ ਹੋ ਗਿਆ, ਵਛੜਾ ਵਛੜੀ, ਉਹਦਾ ਵੀ DNA ਡੈਮੇਜ ਹੋ ਗਿਆ। ਉਹ ਹੁਣ ਕੁਦਰਤ ਨੇ 36 ਕਰੋੜ ਸਾਲ ਲਾਏ, ਦੇਖੋ ਮਾਲਕ ਤਾਂ ਕੁਦਰਤ ਹੈ ਨਾ, ਕੁਦਰਤ ਤੋਂ ਉੱਪਰ ਤਾਂ ਕੋਈ ਨਹੀਂ। ਕੁਦਰਤ ਨੇ 36 ਕਰੋੜ ਸਾਲ ਲਾਇਆ DNA ਬਣਾਉਣ ਵਾਸਤੇ। ਕੁਦਰਤ DNA ਦੇ ਵਿੱਚ ਖਿਲਵਾੜ ਪਸੰਦ ਨਹੀਂ ਕਰਦੀ, ਕੁਦਰਤ ਉਹਨੂੰ ਡਿਸਪੋਜ ਕਰੇਗੀ। ਡਿਸਪੋਜ ਕਰਨ ਦਾ ਤਰੀਕਾ ਇੱਕੋ ਹੀ ਹੈ, ਮੌਤ। ਇਹਦਾ ਮਤਲਬ ਉਹ ਜਾਈਗੋਟ ਵੀ ਮਰੇਗਾ, ਉਹ ਐਮਬਰੀਓ ਵੀ ਮਰੇਗਾ। ਐਮਬਰੀਓ ਯਾਨੀ ਭਰੂਣ ਹੱਤਿਆ, ਸਾਡੇ ਕਾਨੂੰਨ 'ਚ ਵੀ ਭਰੂਣ ਹੱਤਿਆ ਨੂੰ ਹੱਤਿਆ ਹੀ ਮੰਨਿਆ ਜਾਂਦਾ ਨਾ। ਉਸ ਤੋਂ ਅੱਗੇ ਜਿਹੜਾ ਹੈਗਾ ਫੀਟਸ, ਫੀਟਸ ਦੀ ਹੱਤਿਆ, ਫਿਰ ਜਿਹੜਾ ਬੱਚਾ ਪੈਦਾ ਹੋ ਗਿਆ ਉਹਦੀ ਵੀ ਹੱਤਿਆ। ਸੋਚੋ ਕਿੰਨੀ ਤਰ੍ਹਾਂ ਦੀ ਹੱਤਿਆ ਹੁੰਦੀ ਹੈ, ਉਹ ਹੱਤਿਆ ਹੋਏਗੀ, ਕੁਦਰਤ ਨੇ ਹੱਤਿਆ ਕਰਨੀ ਹੈ। ਹੁਣ ਦੇਖੋ ਗਾਂ ਦੇ ਪੇਟ 'ਚੋਂ ਤਾਂ ਬੱਚਾ ਮਰ ਰਿਹਾ, ਨੰਬਰ ਇੱਕ ਇਹ ਹੈ ਕਿ ਬੱਚਾ ਸਰੀਰ 'ਚੋਂ ਬਾਹਰ ਜਾਣਾ, ਜਦੋਂ ਉਹਨੇ ਬੱਚੇ ਨੇ ਬਾਹਰ ਨਿਕਲਣਾ, ਬੱਚੇ ਦੇ ਮੂੰਹ ਖੁੱਲ੍ਹਣਾ, ਜਦੋਂ ਮੂੰਹ ਖੁੱਲ੍ਹਿਆ ਤਾਂ ਬਾਹਰ ਕਿੰਨੇ ਬੈਕਟੀਰੀਆ ਵਾਇਰਸ ਨੇ ਸਾਰੇ ਅੰਦਰ ਚਲੇ ਗਏ, ਬੱਚੇ ਦਾ ਨਹੀਂ ਡੈਮੇਜ ਹੋ ਗਈ। ਫਿਰ ਦੂਜੇ ਨੰਬਰ ਦੇ ਉੱਤੇ ਜਿਹੜੀ ਫਲੋਪੀਅਨ ਟਿਊਬ ਆ ਉਹ ਬਲਾਕ ਹੋ ਗਈ, ਗਾਂ ਤਾਂ ਪਰਮਾਨੈਂਟਲੀ ਬਾਂਝ ਹੋ ਗਈ। ਇਹ ਕਹਿੰਦੇ ਕੀ ਨੇ ਕਿਸਾਨ ਨੂੰ, ਜਾ ਕੇ ਕਿਸਾਨ ਨੂੰ ਕਹਿੰਦੇ ਨੇ ਕਿ ਤੂੰ ਨਵੇਂ ਦੁੱਧ ਗਾਂ ਕਰਾਉਣ ਆਇਆ, ਤੈਨੂੰ ਐਸਾ ਟੀਕਾ ਲਾਵਾਂਗੇ ਜਿਹਦੇ ਨਾਲ ਵੱਛੀ ਪੈਦਾ ਹੋਏਗੀ। ਉਹ ਤਾਂ ਵਿਚਾਰਾ ਵੱਛੀ ਲੈਣ ਗਿਆ ਸੀ, ਉਹ ਤਾਂ ਗਾਂ ਤੋਂ ਵੀ ਹੱਥੋਂ ਬੈਠਿਆ, ਗਾਂ ਵੀ ਫੰਡਰ ਹੋ ਗਈ, ਗਾਂ ਵੀ ਬਾਂਝ ਹੋ ਗਈ। ਕਹਿਣ ਦਾ ਮਤਲਬ ਕਿਸਾਨ ਨੂੰ ਨੁਕਸਾਨ ਹੋਏਗਾ। ਹੁਣ ਜਿਹੜੇ ਕਿਸਾਨ ਕੋਲ 25 ਗਾਵਾਂ ਨੇ ਜਾਂ 30 ਗਾਵਾਂ ਨੇ, ਉਹਦੀਆਂ ਜੇ 5 ਗਾਵਾਂ ਵੀ ਫੰਡਰ ਹੋ ਗਈਆਂ, ਉਹਦਾ ਤਾਂ ਡੇਅਰੀ ਫਾਰਮ ਗਿਆ ਘਾਟੇ 'ਚ। ਕਿਸਾਨੀ ਦਾ ਨੁਕਸਾਨ ਇੱਕ ਪਾਸੇ, ਗਊ ਦੇ ਪੇਟ ਵਿੱਚ ਪਲਦੇ ਹੋਏ ਬੱਚੇ ਦੀ ਹੱਤਿਆ ਦੂਜੇ ਪਾਸੇ। ਹੁਣ ਇਹਦੇ ਵਿੱਚ ਇੱਕ ਬੜਾ ਖਤਰਨਾਕ ਅੰਕੜਾ ਆਉਂਦਾ, ਅੰਕੜਾ ਇਹ ਆਉਂਦਾ ਕਿ ਜਾਈਗੋਟ ਜਦੋਂ ਮਰਦੇ ਆ, ਜਾਈਗੋਟ ਦਾ ਕੋਈ ਅੰਕੜਾ ਨਹੀਂ ਆਉਂਦਾ, ਐਮਬਰੀਓ ਮਰਦੇ ਆ ਉਹਦਾ ਕੋਈ ਅੰਕੜਾ ਨਹੀਂ ਆਉਂਦਾ। ਜਿਹੜਾ ਉਹ ਫਿਟਸ ਹੈ, ਜਿਹਦੇ ਅੰਗ ਬਣ ਗਏ ਹੁੰਦੇ ਨੇ, ਜਦੋਂ ਉਹ ਬੱਚਾ ਗਿਰਦਾ, ਪਹਿਲੀ ਗੱਲ ਤਾਂ ਬੱਚਾ ਗਿਰਨਾ ਬੜੀ ਦਰਦਨਾਕ ਚੀਜ਼ ਹੈ। ਕਿਸੇ ਔਰਤ ਦਾ ਬੱਚਾ ਗਿਰੇ ਜਾਂ ਕਿਸੇ ਗਾਂ ਦਾ ਬੱਚਾ ਗਿਰੇ, ਉਹਨੂੰ ਬੋਲਦੇ ਆ ਗਰਭ ਦਾ ਗਿਰਨਾ। ਗਰਭ ਦਾ ਗਿਰਨਾ ਉਹ ਮਾਂ ਦਾ ਜੀਣਾ ਮਰਨਾ, ਮਤਲਬ ਉਹਦੇ ਜ਼ਿੰਦਗੀ 'ਤੇ ਬਣਾਉਂਦੀ ਹੈ। ਉਹ ਵਿਚਾਰੀ ਇੰਨੀ ਦਰਦਨਾਕ ਐਕਸਪੀਰੀਅੰਸ ਲੰਘਦੀ ਹੈ ਜਦੋਂ ਉਹਦਾ ਬੱਚਾ ਗਿਰਦਾ, ਅਤੇ ਉਹ ਰਿਕਾਰਡ 'ਚ ਆ ਜਾਂਦਾ, ਉਹ ਰਿਕਾਰਡ 'ਚ ਆ ਜਾਂਦਾ। ਵੱਖਰੇ ਵੱਖਰੇ ਸਾਇੰਸਦਾਨਾਂ ਨੇ ਅੰਕੜਾ ਦਿੱਤਾ, ਕਿਸੇ ਨੇ 1%, ਕਿਸੇ ਨੇ 1.5%, ਕਿਸੇ ਨੇ 1.7%। ਜੇ ਅਸੀਂ 1% ਵੀ ਪਕੜ ਲਈਏ, ਅਤੇ ਸਾਡੀ ਗੌਰਮੈਂਟ ਖੁਦ ਇਹ ਦੱਸ ਚੁੱਕੀ ਆ ਰਾਜ ਸਭਾ ਦੇ ਵਿੱਚ, ਔਰ ਕੀ ਕਹਿੰਦੇ ਹੁੰਦੇ ਆ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਥਰੂ, ਕਿ ਕਰੋੜਾਂ ਗਾਵਾਂ ਉੱਤੇ ਟੈਕਨੋਲੋਜੀ ਲੱਗ ਗਈ ਹੈ। ਇਹਦਾ ਮਤਲਬ ਇਹ ਕਿ ਲੱਖਾਂ ਹੀ ਬੱਚੇ ਸਾਡੇ ਮੁਲਕ 'ਚ ਮਾਰੇ ਜਾ ਚੁੱਕੇ ਗਾਂ ਦੇ। ਔਰ ਗਾਂ ਨੂੰ ਅਸੀਂ ਮਾਤਾ ਕਹਿੰਦੇ ਹਾਂ, ਮਾਤਾ ਇਸ ਕਰਕੇ ਕਹਿੰਦੇ ਹਾਂ ਕਿ ਗਾਂ ਦਾ ਅਸੀਂ ਦੁੱਧ ਪੀਂਦੇ ਹਾਂ, ਉਹਦੇ ਗਾਂ ਦੇ ਦੁੱਧ ਵਿੱਚ ਉਹ ਹੀ ਤੱਤ ਹੁੰਦੇ ਨੇ ਜਿਹੜੇ ਸਾਡੀ ਮਾਂ ਦੇ ਦੁੱਧ ਵਿੱਚ ਹੁੰਦੇ ਆ। ਇਸ ਕਰਕੇ ਗਾਵਾਂ ਦਾ ਦੁੱਧ ਪੀ ਕੇ ਆਏ ਹਾਂ, ਉਹਨੂੰ ਅਸੀਂ ਮਾਤਾ ਕਹਿੰਦੇ ਹਾਂ। ਸਾਨੂੰ ਕਿੰਨੇ ਹੱਕ ਦੇ ਦਿੱਤਾ ਕਿ ਗਾਂ ਦੇ ਬੱਚੇ ਦੀ ਹੱਤਿਆ ਕਰੀਏ ਉਹਦੇ ਪੇਟ ਵਿੱਚ? ਨੰਬਰ 2 ਦੇ ਉੱਤੇ ਗਾਂ ਦੇ ਜਦੋਂ ਅਸੀਂ DNA ਬਦਲਾਂਗੇ, ਤਾਂ ਸਾਡਾ DNA ਬਦਲੇਗਾ, ਦੁੱਧ ਅਸੀਂ ਪੀਂਦੇ ਹਾਂ ਗਾਂ ਦਾ। ਸਾਡਾ DNA ਬਦਲਣ ਤੋਂ ਬਾਅਦ ਅਸੀਂ ਆਪਣੀ ਨਸਲ ਦਾ ਨਾਸ਼ ਕਰ ਰਹੇ ਹਾਂ। DNA ਬਦਲਿਆ ਮਤਲਬ ਮਹਾਂਵਿਨਾਸ਼ ਨੂੰ ਦਾਵਤ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਕਾਰਪੋਰੇਟ ਘਰਾਣਿਓ, ਇਹੋ ਜਿਹੀਆਂ ਟੈਕਨੀਕਾਂ ਤੁਸੀਂ ਲੈ ਕੇ ਆ ਰਹੇ ਹੋ, ਇਹ ਸਾਇੰਸਦਾਨੋ ਜਿਹੜੇ ਤੁਸੀਂ ਇਸ ਕੰਮ ਦਿਓ, ਤੁਸੀਂ ਸਾਇੰਸਦਾਨ ਨਹੀਂ ਹੈਗੇ, ਤੁਸੀਂ ਵਿਨਾਸ਼ਕ ਹੋ। ਇੱਥੇ ਰੁਕ ਜਾਓ। ਇਸ ਜਿਵੇਂ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਪਾਬੰਦੀ ਲਾਉਣੀ ਜ਼ਰੂਰੀ ਹੋ ਗਈ ਹੈ, ਇਵੇਂ ਹੀ ਇਹੋ ਜਿਹੀਆਂ ਖੋਜਾਂ 'ਤੇ ਵੀ ਪਾਬੰਦੀ ਲਾਉਣੀ ਜ਼ਰੂਰੀ ਹੋ ਗਈ।
ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਫਾਇਦੇ ਲਈ ਕਹਿ ਲਈਏ ਕਿ ਕੁਦਰਤ ਦਾ ਇੱਕ ਜਿਹੜਾ ਨਿਯਮ ਹੈ ਜਾਂ ਉਹ ਵਾਹਿਗੁਰੂ ਦਾ ਨਿਯਮ ਹੈ ਜਿਹੜਾ ਉਹਨੇ ਇੱਕ ਸਾਨੂੰ ਕੋਡ ਦਿੱਤਾ, ਅਸੀਂ ਉਹਦੇ ਨਿਯਮ ਦੇ ਨਾਲ ਛੇੜਖਾਨੀ ਕਰ ਰਹੇ ਹਾਂ। ਅਸੀਂ ਵਾਹਿਗੁਰੂ ਦੇ ਹੁਕਮ ਦੇ ਖਿਲਾਫ਼ ਚੱਲੇ, ਅਸੀਂ ਸ਼ੈਤਾਨ ਦੇ ਰਸਤੇ 'ਤੇ ਚੱਲੇ, ਅਸੀਂ ਬਰਬਾਦੀ ਦੇ ਰਸਤੇ 'ਤੇ ਚੱਲੇ। ਦੇਖੋ, ਜਦੋਂ ਐਟਮ ਬੰਬ ਬਣਾਏ, ਓਪਨ ਹਾਈਮਰ ਸੀ ਨਾ, ਓਪਨ ਹਾਈਮਰ ਤਾਂ ਧਾਰਮਿਕ ਬੰਦਾ ਸੀ, ਉਹਨੂੰ ਤਾਂ ਪਤਾ ਹੀ ਨਹੀਂ ਸੀ। ਬਾਅਦ ਵਿੱਚ ਉਹਨੇ ਐਟਮ ਬੰਬ ਦੇ ਖਿਲਾਫ਼ ਖੁਦ ਹੀ ਆਵਾਜ਼ ਉਠਾਈ, ਅਤੇ ਉਹ ਕਹਿਣ ਦਾ ਮਤਲਬ ਕਿ ਰਸ਼ੀਆ ਦੇ ਵਿੱਚ ਜਿਹੜੇ ਜਿਹੜੇ ਸਾਇੰਟਿਸਟ ਨੇ ਐਟਮ ਬੰਬ ਬਣਾਇਆ, ਮੈਨੂੰ ਉਹਦਾ ਨਾਮ ਭੁੱਲ ਗਿਆ, ਅਲੈਗਜੈਂਡਰ ਪਤਾ ਨਹੀਂ ਕੀ ਨਾਂ ਸੀ ਉਹਦਾ, ਉਹਨੇ ਵੀ ਕਿਹਾ ਸੀ ਐਟਮ ਬੰਬ ਨਹੀਂ ਬਣਨੇ ਚਾਹੀਦੇ। ਮਤਲਬ ਜਿਹੜੀਆਂ ਬਰਬਾਦੀਆਂ ਨੇ ਉਹ ਤਾਂ ਨਾ ਕਰੇ ਨਾ, ਸਾਇੰਸ ਦਾ ਕੰਮ ਹੈ ਲੋਕਾਂ ਦਾ ਫਾਇਦਾ ਕਰਨਾ। ਸਾਇੰਸ ਬਾਈ ਨੇਚਰ ਪ੍ਰੋਗਰੈਸਿਵ ਹੁੰਦੀ ਹੈ, ਉਹਨੂੰ ਪ੍ਰੋਗਰੈਸਿਵ ਤਰੀਕਿਆਂ ਵਾਸਤੇ ਵਰਤੋ, ਲੋਕਾਂ ਦੇ ਫਾਇਦੇ ਲਈ ਵਰਤੋ। ਜਿੱਥੇ ਸਾਇੰਸ ਨੁਕਸਾਨ ਕਰਦੀ ਹੈ, ਹੁਣ ਮੰਨ ਲਓ ਸਾਇੰਸ ਨੇ ਬੰਦੂਕ ਬਣਾਈ, ਹਥਿਆਰ ਬਣਾਏ, ਜ਼ਰੂਰੀ ਤਾਂ ਤੁਸੀਂ ਹਥਿਆਰਾਂ ਨਾਲ ਲੋਕਾਂ ਨੂੰ ਵੱਢੋ, ਸ਼ਾਂਤੀ ਦੀਆਂ ਵੀ ਤਾਂ ਗੱਲਾਂ ਹੋ ਸਕਦੀਆਂ ਨੇ ਨਾ। ਇਸ ਕਰਕੇ ਇੱਥੇ ਹੈ ਕਿ ਜਿਹੜੀ ਇਹ ਸਾਇੰਸ ਆ, ਜਿਹੜੀ DNA ਨੂੰ ਡੈਮੇਜ ਕਰ ਰਹੀ ਹੈ, ਕੁਦਰਤ ਦੇ ਨਿਯਮਾਂ ਦੇ ਖਿਲਾਫ ਚੱਲ ਰਹੀ ਹੈ, ਜਿਹੜੀ ਕੁਦਰਤ ਦੀ ਜਿਹੜੀ ਬਰਬਾਦੀ ਆ, ਕਰੋਪੀ ਨੂੰ ਆਵਾਜ਼ਾਂ ਮਾਰ ਰਹੀ ਹੈ, ਇਹ ਸਾਨੂੰ ਇੱਥੇ ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਚਾਹੁੰਦੇ ਹਾਂ ਕਿ ਇਸ ਟੈਕਨੋਲੋਜੀ ਉੱਤੇ ਸਾਡੀ ਸਰਕਾਰ ਫੌਰਨ ਪਾਬੰਦੀ ਲਾਏ, ਕਿਉਂਕਿ ਅਮਰੀਕਾ ਦੇ ਵਿੱਚ ਗਊ ਹੱਤਿਆ ਕੋਈ ਮੁੱਦਾ ਨਹੀਂ, ਨੰਬਰ ਇੱਕ। ਸਾਡੇ ਮੁਲਕ 'ਚ ਮੁੱਦਾ ਹੈ, ਹੈਂ, ਅਮਰੀਕਾ ਦੇ ਲੋਕਾਂ ਨੂੰ ਵੀ ਜਦੋਂ ਪਤਾ, ਇਹ ਚੀਜ਼ਾਂ ਜਦੋਂ ਪਤਾ ਚੱਲਣਗੀਆਂ ਨਾ ਉੱਥੋਂ ਦੀ ਸਰਕਾਰ ਨੂੰ ਕਿ DNA ਡੈਮੇਜ ਹੋ ਰਿਹਾ, ਅਮਰੀਕਾ ਦੀ ਸਰਕਾਰ ਮੈਂ ਲਿਖ ਕੇ ਦੇਣਾ ਪਾਬੰਦੀ ਲਾਏਗੀ, ਸਾਡੇ ਨਾਲ ਪਹਿਲਾਂ ਪਾਬੰਦੀ ਲਗਾਏਗੀ। ਇਸ ਤੋਂ ਪਹਿਲਾਂ ਕਿ ਅਮਰੀਕਾ ਦੀ ਸਰਕਾਰ ਪਾਬੰਦੀ ਲਾਏ, ਅਸੀਂ ਕਿਉਂ ਨਾ ਲਾਈਏ। ਹੁਣ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਇੱਕ ਪੰਜਾਬੀ ਸਾਇੰਟਿਸਟ ਨੇ ਇਹ ਖੋਜ ਕੀਤੀ, 3 ਪੇਪਰ ਛਪਿਆ ਮੇਰੇ ਇਸ ਟੌਪਿਕ ਦੇ ਉੱਤੇ, 3 ਰਿਸਰਚ ਪੇਪਰ ਛਪਿਆ। ਅਖੀਰਲੇ ਰਿਸਰਚ ਪੇਪਰ ਦਾ ਨਾਮ ਹੀ ਹੈਗਾ GD, ਉਹਦਾ ਨਾਂ ਹੀ ਰੱਖਿਆ ਮੈਂ GD, ਜੈਨੇਟਿਕਲੀ ਡੈਮੇਜਡ ਕਾਊ। ਅਤੇ ਇਸ ਕਰਕੇ ਇਹ ਕਹਿਣ ਦਾ ਮਤਲਬ ਇਹ ਹੈ ਕਿ 3 ਪੇਪਰ ਜੇ ਪੰਜਾਬ ਦੀ ਧਰਤੀ ਤੋਂ ਛਪਿਆ, ਹਿੰਦੁਸਤਾਨ ਤੋਂ ਛਪਿਆ, ਇਹ ਪੰਜਾਬੀਆਂ ਵਾਸਤੇ ਮਾਣ ਦੀ ਗੱਲ ਆ। ਭਾਰਤ ਨੇ ਵਿਸ਼ਵ ਗੁਰੂ ਬਣਨਾ ਸਾਇੰਸ ਦੀਆਂ ਖੋਜਾਂ ਵਿੱਚ, ਉਹਦੇ ਵਾਸਤੇ ਇੱਕ ਬੜੀ ਅੱਛੀ ਲੀਡ ਆ। ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਇੱਥੇ ਪਾਬੰਦੀ ਲਾਏ, ਪੰਜਾਬ ਸਰਕਾਰ ਇੱਥੇ ਪਾਬੰਦੀ ਲਾਏ, ਕੋਈ ਤਾਂ ਪਹਿਲ ਕਰੇ। ਇਸ ਤੋਂ ਪਹਿਲਾਂ ਕਿ ਅਮਰੀਕਾ ਦੀ ਸਰਕਾਰ ਪਾਬੰਦੀ ਲਾ ਦੇਗੀ, ਸਵੀਡਨ ਦੀ ਸਰਕਾਰ ਪਾਬੰਦੀ ਲਾ ਦੇਗੀ, ਇੰਗਲੈਂਡ ਦੀ ਪਾਬੰਦੀ ਲਾਏ, ਉਸ ਤੋਂ ਪਹਿਲਾਂ ਤੁਸੀਂ ਕਰੋ ਨਾ ਪਹਿਲ। ਇਸ ਕਰਕੇ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਟੈਕਨੋਲੋਜੀ 'ਤੇ ਪਾਬੰਦੀ ਲੱਗੇ। ਬਹੁਤ ਬੜਾ ਖਿਲਵਾੜ ਹੋ ਰਿਹਾ, ਲੋਕ ਕੈਂਸਰ ਨਾਲ ਮਰਨਗੇ, ਲੋਕਾਂ ਦੇ ਲਿਵਰ ਡੈਮੇਜ ਹੋਣਗੇ, ਲੋਕਾਂ ਦੇ ਹਾਰਟ ਡੈਮੇਜ ਹੋਣਗੇ, ਕਈਆਂ ਦੀਆਂ ਅੱਖਾਂ ਹੋਣਗੀਆਂ, ਅੱਖਾਂ 'ਚ ਰੋਸ਼ਨੀ ਨਹੀਂ ਹੋਏਗੀ, ਇੰਨੇ ਸਾਰੇ ਖਿਲਵਾੜ ਹੋਣੇ ਆ। ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਅੱਜ ਕੁੱਤਿਆਂ ਨੂੰ ਹੁੰਦੀਆਂ ਨੇ, ਜਿਹੜੀਆਂ ਅੱਜ ਸੂਰਾਂ ਨੂੰ ਹੁੰਦੀਆਂ ਨੇ, ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ। ਤੁਸੀਂ ਦੇਖਿਆ ਸਵਾਈਨ ਫਲੂ ਬੰਦਿਆਂ ਤੱਕ ਨਹੀਂ ਆਉਂਦਾ, ਇੰਟਰ ਸਪੀਸੀਜ਼ ਬੈਰੀਅਰ। ਕੱਲ੍ਹ ਨੂੰ ਜੇ ਸਾਡਾ ਇੰਟਰ ਸਪੀਸੀਜ਼ ਬੈਰੀਅਰ ਟੁੱਟ ਗਿਆ ਤਾਂ ਗਊ ਸ਼ਾਕਾਹਾਰੀ ਜਾਨਵਰ ਆ, ਕੱਲ੍ਹ ਨੂੰ ਗਊਆਂ ਮਾਸਾਹਾਰੀ ਹੋ ਗਈਆਂ DNA ਬਦਲਣ ਤੋਂ ਬਾਅਦ, ਆਪਣੇ ਮੱਛੇ ਮਾਰ ਕੇ ਖਾਣ ਲੱਗ ਪਈਆਂ, ਤਾਂ ਬੜੇ ਵੱਡੇ ਕਹਿਰ ਮਚਣੇ ਨੇ, ਬੜੇ ਵੱਡੇ ਕਹਿਰ ਮਚਣੇ ਨੇ। ਇਸ ਤੋਂ ਪਹਿਲਾਂ ਕਿ ਸਾਡੇ ਆਉਣ ਵਾਲੇ ਬੱਚੇ ਮਾਨਸਿਕ ਤੌਰ 'ਤੇ ਅਪੰਗ ਪੈਦਾ ਹੋਣ, ਉਹਨਾਂ ਦੇ ਵਿੱਚ ਲੰਗੜੇ ਲੂਲੇ ਪੈਦਾ ਹੋਣ, ਉਸ ਤੋਂ ਪਹਿਲਾਂ ਹੀ ਇਸ ਟੈਕਨੋਲੋਜੀ 'ਤੇ ਅਸੀਂ ਪਾਬੰਦੀ ਲਾ ਦੀਏ। ਕਿਤੇ ਨਾ ਕਿਤੇ ਜਿਵੇਂ ਮੂਵੀ 'ਚ ਦਿਖਾਇਆ ਜਾਂਦਾ ਕਿ ਇਨਸਾਨ ਜਿਹੜੇ ਨੇ ਉਹ ਜ਼ੋਂਬੀਜ਼ ਬਣ ਜਾਣਗੇ, ਅਤੇ ਮੈਂ ਕਹਿੰਦਾ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਇਹਦੇ ਹਿਸਾਬ ਨਾਲ ਫਿਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਚੀਜ਼ ਜਿਹੜੀ ਜ਼ਿਆਦਾ ਦੂਰ ਨਹੀਂ ਹੈ। ਮੰਨ ਲਓ ਸਾਡੀਆਂ ਟੇਸਟ ਬੜਾ ਬਦਲ ਜਾਂਦੀਆਂ, ਮੰਨ ਲਓ ਸਾਡੀਆਂ ਟੇਸਟ ਮਤਲਬ ਇਹੋ ਜਿਹੀ ਨਸਲ ਪੈਦਾ ਹੋ ਜਾਂਦੀ ਹੈ ਕੱਲ੍ਹ ਨੂੰ, ਅੱਜ ਤੋਂ 10 ਪੀੜ੍ਹੀਆਂ ਬਾਅਦ ਜਾਂ 15 ਪੀੜ੍ਹੀਆਂ ਬਾਅਦ, 15 ਪੀੜ੍ਹੀਆਂ ਯਾਨੀ 300 ਸਾਲਾਂ ਬਾਅਦ, ਜਿਹਨੂੰ ਆਦਮੀ ਦਾ ਖੂਨ ਸਵਾਦ ਲੱਗਣ ਲੱਗ ਪਏ, ਅਤੇ ਉਹ ਡਰੈਕੁਲਾ ਪੈਦਾ ਹੋ ਜਾਣਗੇ ਖੂਨ ਪੀਣ ਵਾਲੇ, ਜਿਨ੍ਹਾਂ ਦੀਆਂ ਅਸੀਂ ਫਿਲਮਾਂ ਦੇਖਦੇ ਹਾਂ। ਕਹਿਣ ਦਾ ਮਤਲਬ ਕਿ ਤੁਸੀਂ ਇਨਸਾਨ ਦੀ ਨਸਲ ਨੂੰ ਵਿਗਾੜ ਗਏ, ਕਿਉਂਕਿ ਗ੍ਰੈਗਰ ਮੈਂਡਲ ਨੇ ਜਦੋਂ ਖੋਜ ਕੀਤੀ ਸੀ, ਜੈਨਟਿਕ ਦੇ ਨਿਯਮਾਂ ਦੀ ਖੋਜ ਕੀਤੀ ਸੀ, ਉਹਦੇ 'ਚ ਇੱਕ ਨਿਯਮ ਇਹ ਸੀ ਵੀ ਜਿਹੜੇ ਇਹ ਗੁਣਸੂਤਰ ਹੁੰਦੇ ਨੇ ਜਿਨ੍ਹਾਂ ਨੂੰ ਉਹਨੇ ਅਲੀਲ ਬੋਲਿਆ ਸੀ, ਅੱਜ ਕੱਲ੍ਹ ਅਸੀਂ ਜੀਨ ਬੋਲਦੇ ਹਾਂ, ਇਹ ਜਿਹੜੇ ਜੀਨ ਨੇ ਇਹ ਮਰਦੇ ਨਹੀਂ, ਇਹ ਜ਼ਿੰਦਾ ਰਹਿੰਦੇ ਨੇ, ਇਹ 10 ਪੀੜ੍ਹੀਆਂ ਬਾਅਦ 15 ਪੀੜ੍ਹੀਆਂ ਬਾਅਦ ਇਹ ਰਿਸੈਸਿਵ ਹੋ ਜਾਂਦੇ ਨੇ, ਕਦੀ ਡੋਰਮੈਂਟ ਹੋ ਜਾਂਦੇ ਨੇ, ਕਦੀ ਡੋਮੀਨੈਂਟ ਹੋ ਜਾਂਦੇ ਨੇ, ਕਦੀ ਆਪਣੇ ਆਪ ਨੂੰ ਸ਼ੋਅ ਕਰਦੇ ਨੇ, ਕਦੀ ਸ਼ੋਅ ਨਹੀਂ ਕਰਦੇ। ਮੰਨ ਲਓ ਉਹ ਰਿਸੈਸਿਵ ਚਲੇ ਜਾਣ 10 ਪੀੜ੍ਹੀਆਂ, 11ਵੀਂ ਪੀੜ੍ਹੀ 'ਚੋਂ ਸਾਰੇ ਇਕੱਠੇ ਮਿਲ ਕੇ ਡੋਮੀਨੇਟ ਹੋ ਜਾਣ, ਔਰ ਆਦਮੀ ਆਦਮੀ ਨੂੰ ਮਾਰ ਕੇ ਖਾਣ ਲੱਗ ਪਏ, ਕੀ ਕਰੋਗੇ ਤੁਸੀਂ? ਇਸ ਕਰਕੇ ਜਿਵੇਂ ਮੈਂ ਹੁਣੇ ਇਗਜ਼ਾਮਪਲ ਦਿੱਤੀ ਹੈ, ਗਾਵਾਂ ਹੀ ਗਾਵਾਂ ਨੂੰ ਵੱਢ ਕੇ ਖਾਣ ਲੱਗ ਪੈਣ,
ਉਹਦੇ ਨਾਲ ਕਹਿਣ ਦਾ ਮਤਲਬ ਇਹ ਹੈ ਕਿ DNA ਨਾਲ ਖਿਲਵਾੜ ਨਾ ਕਰੋ ਯਾਰ। DNA ਕੁਦਰਤ ਨੇ ਸਭ ਤੋਂ ਖੂਬਸੂਰਤ ਚੀਜ਼ ਬਣਾਈ ਹੈ, ਕੁਦਰਤ ਦਾ ਮਾਸਟਰਪੀਸ ਹੈ। 90 ਲੱਖ ਪ੍ਰਜਾਤੀਆਂ ਨੇ ਜਾਨਵਰਾਂ ਦੀਆਂ, 90 ਲੱਖ ਪ੍ਰਜਾਤੀਆਂ ਨੇ ਪੌਦਿਆਂ ਦੀਆਂ, ਇਹ ਹਰ ਇੱਕ ਦਾ DNA ਅਲੱਗ ਆ। ਸਾਡੇ ਤਾਂ ਚੂਹੇ ਦੇ DNA 'ਚ ਕਿੰਨਾ ਕੁ ਫਰਕ ਹੁੰਦਾ, 2% ਦਾ, ਫਿਰ ਵੀ ਚੂਹਾ ਚੂਹਾ ਹੈ। 98% ਤਾਂ ਸਾਡਾ ਸੇਮ ਹੀ ਹੈ ਨਾ। ਕੱਲ੍ਹ ਨੂੰ ਸਾਡਾ DNA ਬਦਲੇਗਾ, ਅਸੀਂ ਕਿਸੇ ਰਾਕਸ਼ਸ 'ਚ ਬਦਲ ਗਏ, ਗਾਂ ਕਿਸੇ ਭੇੜੀਏ 'ਚ ਬਦਲ ਗਏ। ਹੁਣੇ ਮੈਂ ਐਗਜ਼ਾਮਪਲ ਦਿੱਤੀ ਆ, ਕਿਸੇ ਗੱਦੀ 'ਚ ਬਦਲ ਗਈ ਗਾਂ, ਮੰਨ ਲਓ ਗਾਂ ਕਿਸੇ ਗੱਦੀ 'ਚ ਬਦਲ ਗਈ, ਕੁੱਤੀਆਂ 'ਚ ਬਦਲ ਗਈ, ਹੈ ਅਤੇ ਉਹ ਗਾਂ ਫਿਰ ਪੂਜਾ ਕਰਨ ਲਾਇਕ ਨਹੀਂ ਰਹੇਗੀ ਨਾ। ਤੁਹਾਨੂੰ ਤਾਂ ਪਤਾ ਵੀ ਨਹੀਂ ਚੱਲਣਾ, ਬਾਹਰੋਂ ਦੇਖਣ ਨੂੰ ਤਾਂ ਗਾਂ ਹੀ ਲੱਗਣੀ ਆ। ਇਸ ਕਰਕੇ ਖਿਲਵਾੜ ਨਾ ਕਰੋ। ਗਊ ਨੂੰ ਮਾਤਾ ਕਹਿੰਦੇ ਹਾਂ ਅਸੀਂ, ਗਊ ਦੇ ਉੱਤੇ ਇੰਨਾ ਅੱਤਿਆਚਾਰ, ਗਊ ਦਾ ਤੁਸੀਂ ਆਉਣ ਵਾਲੀਆਂ ਨਸਲਾਂ ਤਬਾਹ ਕਰ ਰਹੇ ਹੋ। ਉਹਨਾਂ ਨੂੰ ਮਤਲਬ ਕਹਿਣ ਦਾ ਮਤਲਬ ਕਿ ਕਿਡਨੀ, ਲਿਵਰ, ਹੈ ਹਾਰਟ, ਬ੍ਰੇਨ ਸਾਰੇ ਡੈਮੇਜ ਕਰ ਰਹੇ ਹੋ ਉਹਦੇ। ਔਰ ਫਿਰ ਕੀ ਕਹਿ ਰਹੇ ਹੋ ਤੁਸੀਂ? ਦੂਜੇ ਪਾਸੇ ਇਹ ਹੈਗਾ ਕਿ ਜਿਹੜਾ ਕੱਲ੍ਹ ਨੂੰ ਗਊਆਂ ਦੇ ਉੱਤੇ ਜਿਹੜਾ DNA ਬਦਲਣਾ ਜੋ ਹੋਏਗਾ, ਉਹ ਸਾਡੇ ਉੱਤੇ ਵੀ ਹੋਣਾ, ਨੈਚੁਰਲ। ਸੋ ਬਿਲਕੁਲ, ਇੱਕ ਬਹੁਤ ਇੰਪੋਰਟੈਂਟ, ਬਹੁਤ ਵੱਡਾ ਟੋਪਿਕ ਹੈ ਜਿਹਦੇ ਉੱਪਰ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਜੇ ਇਨਸਾਨ ਨਾ ਰਹੇ, ਜ਼ੋਂਬੀਜ਼ ਬਣ ਗਏ। ਜਿਹੜੇ ਲੋਕ ਨੇ ਉਹ ਇਨਸਾਨ ਹੀ ਰਹਿਣ, ਕਿਉਂਕਿ ਸਾਡਾ ਖਾਣ ਪਾਣ ਸਾਰਾ ਚੇਂਜ ਹੋ ਗਿਆ, ਜੈਨੇਟਿਕਲੀ ਡੈਮੇਜਡ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ, ਕੋਡ ਜਿਹੜਾ ਬਣ ਗਿਆ ਹੋਇਆ, ਤਾਂ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਅੱਜ ਦੇ ਟਾਈਮ ਜਿਵੇਂ ਤੁਸੀਂ ਦੇਖਦੇ ਹੋ ਕਿ ਮਨਾ ਕਰਦੇ ਡਾਕਟਰ ਕਿ ਦੁੱਧ ਨਾ ਪੀਓ, ਉਹਦੇ ਪਿੱਛੇ ਰੀਜ਼ਨ ਕੀ ਹੈ? ਕਿਸੇ ਵੇਲੇ ਦੁੱਧ ਨੂੰ ਅੰਮ੍ਰਿਤ ਮੰਨਿਆ ਜਾਂਦਾ ਸੀ, ਰੀਜ਼ਨ ਉਹਦੇ ਪਿੱਛੇ ਇਹੀ ਹੈ ਕਿ ਅੱਜ ਕੱਲ੍ਹ ਜਿਹੜੀ ਚੀਜ਼ਾਂ, ਜਿਹੜੇ ਟੀਕੇ ਲੱਗ ਰਹੇ ਨੇ, ਇਹ ਕੋਡ ਚੇਂਜ ਕਰ ਰਿਹਾ, ਇਹ ਨੁਕਸਾਨਦਾਇਕ ਬਣ ਰਿਹਾ। ਸਾਨੂੰ ਸਤਰਕ ਹੋਣ ਦੀ ਲੋੜ ਹੈ, ਇਸ ਚੀਜ਼ ਦੇ ਉੱਪਰ ਧਿਆਨ ਦਈਏ, ਆਪ ਸੁਖੀ ਰਹੀਏ, ਸੇਫ ਰਹੀਏ ਅਤੇ ਹੋਰਾਂ ਨੂੰ ਵੀ ਸੇਫ ਰੱਖੀਏ। ਇੱਦਾਂ ਹੀ ਹੋਰ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਲਿਆਉਂਦੇ ਰਹਾਂਗੇ। ਦੇਖਦੇ ਰਹੋ ਦ ਸਿਟੀ ਹੈਡਲਾਈਨਸ।